ਮਸੀਹ ਯਸੂ ਦੇ ਕਾਦਰ ਤਜਾਰੀ ਨਾਲ ਤੁਹਾਡੀ ਸਲਾਮਤੀ ਹੋਵੇ। ਅੱਜ ਕੱਲ੍ਹ ਜਿਵੇਂ ਪੂਰੀ ਦੁਨੀਆ 'ਚ ਕਰੋਨਾ ਵਾਇਰਸ ਦੀ ਵਜ੍ਹਾ ਨਾਲ ਖੌਫ ਔਰ ਬੇਯਕੀਨੀ ਜੀ ਫੈਲੀ ਹੋਈ ਹੈ, ਸਾਡੇ ਮੁਲਕ ਪਾਕਿਸਤਾਨ, ਇੰਡੀਆ ਔਰ ਇੱਥੇ ਅਮਰੀਕਾ ਔਰ ਯੂਰਪ, ਪੂਰੀ ਦੁਨੀਆ ਦੇ ਵਿੱਚ ਹਕੂਮਤਾਂ ਨੇ ਲੋਕਾਂ ਨੂੰ ਲੋਕਡਾਊਨ ਕਰ ਦਿੱਤਾ ਹੋਵੇ। ਇਸ ਮਾਮਲੇ 'ਚ ਜਿੱਥੇ ਗਵਰਨਮੈਂਟ ਅਤੇ ਮੈਡੀਕਲ ਲੋਕ ਅਤੇ ਗਵਰਨਮੈਂਟ ਦੇ ਲੋਕ ਔਰ ਪੁਲਿਸ ਔਰ ਲਾਅ ਇਨਫੋਰਸਮੈਂਟ ਜਿਹੜੇ ਦਾ ਰਹੇ ਨੇ, ਉਹ ਜਿੱਥੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਡੇ ਨੇ, ਉੱਥੇ ਕੁਛ ਲੋਕ ਐਸੇ ਵੀ ਨੇ ਕਿ ਜਿਹੜੇ ਇਹਦਾ ਗਲਤ ਇਸਤੇਮਾਲ ਵੀ ਕਰਨ, ਲੋਕਾਂ ਨੂੰ ਗਲਤ ਤਾਲੀਮ ਵੀ ਦੇਣ, ਲੋਕਾਂ ਨੂੰ ਗਲਤ ਪਾਸੇ ਵੀ ਲਾਉਣ ਡੇ ਨੇ। ਜਿੰਨਾ ਅੱਜ ਤੁਸੀਂ ਵੇਖਿਆ ਹੋਵੇਗਾ, ਬਹੁਤ ਸਾਰੀ ਵੀਡੀਓਜ਼ ਐਪ ਚੱਲੇ ਵਟਸਐਪ 'ਤੇ ਫਾਰਵਰਡ ਹੋ ਰਹੀਆਂ ਨੇ, ਸੋਸ਼ਲ ਮੀਡੀਆ 'ਤੇ ਵੀ ਨੇ, ਫੇਸਬੁੱਕ ਪੇਜ 'ਤੇ ਵੀ ਹੈ ਨੇ, ਉਂਝ ਵੀ ਤੁਸੀਂ ਵੇਖੀਆਂ ਹੋਣਗੀਆਂ ਕਿ ਜਿਵੇਂ ਇੰਡੀਆ ਦੇ ਵਿੱਚ ਲੋਕਾਂ ਨੇ ਗਊ ਮਾਤਰ ਪਾਰਟੀ ਕੀਤੀ, ਬਿਮਾਰ ਹੋ ਕੇ ਹਸਪਤਾਲ ਪਹੁੰਚ ਗਏ, ਕੁਛ ਲੋਕਾਂ ਨੇ ਜਿਹੜਾ ਸੀ ਗਾਂ ਦਾ ਜਿਹੜਾ ਗੋਬਰ ਸੀ ਮੱਝ ਦਾ ਉਹਨੂੰ ਆਪਣੇ 'ਤੇ ਮਲਿਆ ਹੋਇਆ ਕਿ ਜਿਹਦੇ ਨਾਲ ਨਹੀਂ ਹੋਏਗਾ। ਕੁਛ ਲੋਕ ਨੇ ਜਿਹੜੇ ਐਕਸਰਸਾਈਜ਼ਾਂ ਕਰਨ ਨੇ ਕਿ ਜਿਹਨਾਂ ਨੂੰ ਕਰੋਨਾ ਨੂੰ ਦੂਰ ਰੱਖਿਆ ਜਾਏਗਾ ਤਾਂ ਠੀਕ ਹੋ ਜਾਏਗਾ। ਸਾਡੇ ਪਾਕਿਸਤਾਨ ਦੇ ਵਿੱਚ ਵੀ ਬੜੇ ਬੜੇ ਲੋਕਾਂ ਨੇ ਕੰਮ ਕੀਤੇ, ਯਾਨੀ ਉਂਝ ਤਾਂ ਵੇਖਿਆ ਜਾਏ ਤਾਂ ਪੂਰੀ ਦੁਨੀਆ ਦੇ ਵਿੱਚ ਜਿੰਨੇ ਫੇਥ ਹੀਲਰ ਨੇ ਉਹ ਸਾਰੇ ਸਾਰੇ ਚੁੱਪ ਕਰਕੇ ਬੈਠੇ ਨੇ, ਕਿਉਂਕਿ ਮੱਕਾ ਮੁਕਰਮਾ ਬੰਦ ਪਿਆ ਹੋਵੇ, ਉੱਥੇ ਕੋਈ ਹੱਜ ਨਹੀਂ ਹੋ ਸਕਿਆ, ਕੋਈ ਤਵਾਫ ਨਹੀਂ ਹੋ ਸਕਿਆ, ਯਰੂਸ਼ਲਮ ਦੀ ਵੈਸਟਰਨ ਵਾਲ ਜਿਹੜੀ ਹੈ ਉਹ ਬੰਦ ਪਈ ਹੈ, ਉੱਥੇ ਕੋਈ ਜਮ੍ਹਾਂ ਨਹੀਂ ਹੋਇਆ ਦੁਆ ਕਰਨ ਲਈ। ਵੈਟੀਕਨ ਸਿਟੀ ਜਿੱਥੇ ਪੋਪ ਸਾਹਿਬ ਹੁੰਦੇ ਨੇ ਉਹ ਵੀ ਟੋਟਲੀ ਬੰਦ ਪਈ, ਔਰ ਇਟਲੀ ਦੇ ਵਿੱਚ 800 ਤੋਂ ਜ਼ਿਆਦਾ ਅਤੇ ਜਿਹੜੇ ਫਾਦਰ ਨੇ ਰਾਹਬ ਨੇ ਉਹ ਮਾਰੇ ਗਏ ਨੇ। ਸੋ ਵੇਖਿਆ ਜਾਏ ਇਹ ਮਸਲਾ ਜਿਹੜਾ ਵੀ ਇਹ ਮੈਡੀਕਲੀ ਹੈ ਔਰ ਸਾਡੇ ਇਨਸਾਨਾਂ ਦੀ ਜਾਂ ਕਿਸੇ ਦੀ ਵੀ ਗਲਤੀ ਦੀ ਵਜ੍ਹਾ ਨਾਲ ਪੂਰੀ ਦੁਨੀਆ 'ਚ ਵਬਾ ਫੈਲ ਗਈ ਹੈ। ਇਸ ਮਾਮਲੇ 'ਚ ਮਸੀਹੀ ਹੁੰਦਿਆਂ ਆ ਸਾਡਾ ਡਾਕਟਰ ਦਾ ਆਦਰ ਕੀ ਹੋਣਾ ਚਾਹੀਦਾ? ਪਹਿਲੀ ਗੱਲ ਤਾਂ ਆਵੇ ਕਿ ਸਾਨੂੰ ਗਵਰਨਮੈਂਟ ਦੀ ਔਰ ਮੰਨਣੀ ਚਾਹੀਦੀ ਹੈ, ਔਰ ਜਿਵੇਂ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਕਿਹਾ ਕਿ ਆਪਣੇ ਆਪਣੇ ਘਰਾਂ 'ਚ ਰਹੋ, ਸਾਨੂੰ ਘਰਾਂ 'ਚ ਰਹਿਣਾ ਚਾਹੀਦਾ। ਇੱਥੇ ਹੁਣ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਚੈਲੰਜ ਹੈ ਲੋਕਾਂ ਵਾਸਤੇ, ਜਿਹੜੇ ਗਰੀਬ ਲੋਕ ਨੇ, ਜਿਹੜੇ ਦਿਹਾੜੀਦਾਰ ਨੇ, ਜਿਹੜੇ ਵਿਚਾਰੇ ਰੋਜ਼ ਦੀ ਰੋਟੀ ਸਿਰਫ ਉਹ ਅਤੇ ਗੁਜ਼ਾਰਾ ਕਰਦੇ ਨੇ, ਉਹ ਕੀ ਕਰਨਗੇ? ਮੈਂ ਆਪਣੇ ਖਾਸ ਤੌਰ 'ਤੇ ਮਸੀਹ ਲੋਕਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਸਾਡਾ ਇਮਾਨ ਜਿਹੜਾ ਵੇ ਉਹ ਸਾਡੀ ਆਪਣੀ ਤਾਕਤ, ਸਾਡੀ ਆਪਣੀ ਕਮਾਈ 'ਤੇ ਨਹੀਂ ਹੈ। ਅਸੀਂ ਖੁਦਾ ਦੇ ਲੋਕ ਹਾਂ ਔਰ ਖੁਦਾ ਦਾ ਵਾਅਦਾ ਵੇ ਤਾਂ ਖੁਦਾ ਸਾਨੂੰ ਹਰ ਚੀਜ਼ ਮੁਹੱਈਆ ਕਰੇਗਾ। ਜਿਵੇਂ ਦੋ ਤਾਲੀਮਾਂ ਨੇ ਜਿਹੜੀਆਂ ਬਾਬਲ 'ਚ ਪਾਈ ਜਾਂਦੀ ਹੈ, ਦੋ ਤੋਂ ਬਲਕਿ ਤਿੰਨ ਚੀਜ਼ਾਂ ਨੇ, ਇੱਕ ਚੀਜ਼ ਜਿਹਨੂੰ ਅਸੀਂ ਕਹਿੰਦੇ ਹਾਂ ਮੌਜਜ਼ਾ ਹੋ ਜਾਣਾ, ਔਰ ਇੱਕ ਵੀ ਖੁਦਾ ਦੀ ਪਰਵਰਤਕਾਰੀ। ਸੋ ਅਸੀਂ ਜਿਸ ਦੌਰ 'ਚ ਰਹਿਣ ਡੇ ਹਾਂ ਇਹਦੇ ਵਿੱਚ ਮੌਜਜ਼ਾ ਜਿਹੜਾ ਵੇ ਉਹ ਅਸੀਂ ਉਹਨੂੰ ਨਹੀਂ ਕਹਿ ਸਕਦੇ ਕਿ ਖੁਦਾ ਕੋਈ ਮੌਜਜ਼ਾ ਕਰਨ ਵਾਲਾ ਵੇ, ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਖੁਦਾ ਦੀ ਪਰਵਰਤਕਾਰੀ ਜਿਹੜੀ ਹੈ ਉਹਨੇ ਸਾਨੂੰ ਬਚਾਇਆ ਹੋਇਆ ਵੇ, ਕਿਉਂਕਿ ਮੌਜਜ਼ਾ ਕਹਿੰਦੇ ਕਿਹਨੂੰ ਨੇ? ਵੇਖੋ, ਮੌਜਜ਼ਾ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦੀਆਂ ਫੌਰੀ ਤੌਰ 'ਤੇ ਜਿਹੜਾ ਵੇ ਕਿ ਜਨਾਬ ਲੱਕ ਪੀੜ ਠੀਕ ਹੋ ਗਈ ਅਤੇ ਅੱਖ ਪੀੜ ਠੀਕ ਹੋ ਗਈ ਅਤੇ ਜਨਾਬ ਜਿਹੜਾ ਵੇ ਉਹ ਸਾਹਮਣੇ ਆ ਕੇ ਲੋਕਾਂ ਨੇ ਗਵਾਹੀਆਂ ਦੇ ਰਹੀਆਂ ਸਟੇਜ ਦੇ ਉੱਤੇ ਆ ਕੇ ਮੌਜਜ਼ਾ ਨਹੀਂ। ਮੌਜਜ਼ਾ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਖੁਦਾ ਕਿਸੇ ਵੀ ਕੁਦਰਤੀ ਨਿਜ਼ਾਮ ਨੂੰ ਥੋੜ੍ਹੀ ਦੇਰ ਲਈ ਰੋਕ ਦੇਵੇ, ਉਹਨੂੰ ਸੀਜ਼ ਕਰ ਦੇਵੇ। ਜਿਵੇਂ ਮੈਂ ਤੁਹਾਨੂੰ ਮਿਸਾਲ ਦੇਣਾ, ਜਿਵੇਂ ਖੁਦਾ ਨੇ ਜਦੋਂ ਬਣੀ ਇਸਰਾਇਲ ਕੌਮ ਨੂੰ ਕੁਲਜ਼ਮ ਦੇ ਵਿੱਚੋਂ ਕੱਢਿਆ ਅਤੇ ਪਾਣੀ ਉੱਤੇ ਕੋਈ ਨਹੀਂ ਚੱਲ ਸਕਦਾ, ਇਹ ਅਨਨੈਚੁਰਲ ਜੀ ਗੱਲ ਹੈ, ਲੇਕਿਨ ਖੁਦਾ ਨੇ ਪਾਣੀ ਨੂੰ ਦੋ ਹਿੱਸੇ ਕਰ ਦਿੱਤਾ ਔਰ ਕੌਮ ਸਾਰੀ ਵਿੱਚੋਂ ਲੰਘ ਗਈ। ਜਿਵੇਂ ਯਸ਼ੂਆ ਦੇ ਦੌਰ 'ਚ ਅਸੀਂ ਕਹਿੰਦੇ ਹਾਂ ਕਿ ਯਸ਼ੂਆ ਨੇ ਸੂਰਜ ਨੂੰ ਜਿਹੜਾ ਵੀ ਹੁਕਮ ਸਮਰੋਪ ਦਿੱਤਾ, ਜਿੰਨੇ ਚਿਰ ਤੱਕ ਬਣੀ ਇਸਰਾਇਲ ਦੀ ਲੜਾਈ ਹੁੰਦੀ ਰਹੀ ਹੈ, ਖੁਦਾ ਨੂੰ ਯਸੂ ਮਸੀਹ ਨੇ ਤੂਫਾਨਾਂ ਨੂੰ ਅਤੇ ਜਨਮ ਦੇ ਅੰਨਿਆਂ ਨੂੰ ਯਸੂ ਮਸੀਹ ਜਿਹੜਾ ਵੀ ਉਹਨਾਂ ਨੂੰ ਠੀਕ ਕੀਤਾ, ਯਸੂ ਮਸੀਹ ਨੇ 3 ਦਿਨ ਦੇ ਮੁਰਦੇ ਲਾਜ਼ਰ ਨੂੰ ਜ਼ਿੰਦਾ ਕੀਤਾ, ਇਹਨੂੰ ਅਸੀਂ ਕਹਿੰਦੇ ਹਾਂ ਮੌਜਜ਼ਾ ਹੋਣਾ। ਜਿਵੇਂ ਪਿਛਲੇ ਦਿਨਾਂ ਸਾਡੀ ਕਲੀਸਿਆ ਦੇ ਵਿੱਚ ਇੱਕ ਬਜ਼ੁਰਗਾ ਮਾਂ ਬਿਮਾਰ ਹੋਈ, ਉਹਨੂੰ ਪਤਾ ਕਰਨ ਲਈ ਸਾਡੇ ਚਰਚ ਦੇ ਕੋਲ ਲੋਕ ਗਏ, ਉਹਨਾਂ ਕਿਹਾ ਜੀ ਪਾਜ ਸਾਹਿਬ ਉੱਥੇ ਪਾਰਕਿੰਗ ਹੀ ਕੋਈ ਨਹੀਂ, ਅਤੇ ਅਸੀਂ ਜਦੋਂ ਗਏ ਅਤੇ ਜਿਵੇਂ ਹੀ ਅਸੀਂ ਗਏ ਤਾਂ ਖੁਦਾ ਨੇ ਮੌਜਜ਼ਾ ਕੀਤਾ ਅਤੇ ਗੱਡੀ ਫੌਰਨ ਨਿਕਲ ਗਈ ਅਤੇ ਸਾਨੂੰ ਪਾਰਕਿੰਗ ਲਈ ਜਗ੍ਹਾ ਮਿਲ ਗਈ। ਅਤੇ ਮੈਂ ਉਹਨਾਂ ਦੱਸਿਆ ਕਿ ਇਹ ਇਤਫਾਕ ਦੀ ਗੱਲ ਹੈ, ਤੁਹਾਨੂੰ ਪਾਰਕਿੰਗ ਲਈ ਜਗ੍ਹਾ ਮਿਲ ਗਈ, ਇਹਨੂੰ ਮੌਜਜ਼ਾ ਅਸੀਂ ਨਹੀਂ ਕਹਾਂਗੇ। ਜੇ ਮੌਜਜ਼ਾ ਹੁੰਦਾ ਤਾਂ ਖੁਦਾ ਨਿਜ਼ਾਮ ਏ ਕੁਦਰਤ ਨੂੰ ਕੈਂਸਲ ਕਰਦਾ, ਜ਼ਮੀਨ ਦੀ ਕਸ਼ਿਸ਼ ਸ਼ਕਲ ਜਿਹੜੀ ਹੈ ਤੁਹਾਡੀ ਗੱਡੀ ਵਾਸਤੇ ਥੋੜ੍ਹੀ ਦੇਰ ਲਈ ਰੁਕ ਜਾਂਦੀ, ਉੱਥੋਂ ਵਿੱਚੋਂ ਕੋਈ ਗੱਡੀ ਖਲੋਤੀ ਹੋਈ ਹਵਾ ਦੇ ਵਿੱਚ ਤੁਰ ਜਾਂਦੀ ਅਤੇ ਤੁਹਾਡੀ ਗੱਡੀ ਨੂੰ ਸੰਦੇ ਜਗ੍ਹਾ ਮਿਲਦੀ ਅਤੇ ਫਿਰ ਮੌਜਜ਼ਾ ਸੀ। ਲਿਹਾਜ਼ਾ ਗਲਤ ਪਾਸੇ ਨਾ ਗਈਏ। ਹੁਣ ਪਰਵਰਦਗਾਰੀ ਕੀ ਸ਼ਾਇਵੇ? ਪਰਵਰਦਗਾਰੀ ਜਿਹਨੂੰ ਅਸੀਂ ਡਿਵਾਈਨ ਪ੍ਰੋਵੀਡੈਂਸ ਕਹਿੰਦੇ ਹਾਂ, ਪਰਵਰਦਗਾਰੀ ਦਾ ਮਤਲਬ ਹੈ ਕਿ ਖੁਦਾ ਕੁਦਰਤੀ ਕਿਸੇ ਨਿਜ਼ਾਮ ਨੂੰ ਮੌਕੂਫ ਨਹੀਂ ਕਰਦਾ, ਲੇਕਿਨ ਉਸ ਪੂਰੇ ਨਿਜ਼ਾਮ ਨੂੰ ਚੱਲਣ ਦਿੰਦਾ ਵੇ ਔਰ ਉਹਦੇ ਵਿੱਚ ਖੁਦਾ ਆਪਣੇ ਲੋਕਾਂ ਨੂੰ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਮੁਹੱਈਆ ਕਰਦਾ। ਜੇ ਮੈਂ ਤੁਹਾਨੂੰ ਸਾਦਾ ਜੀ ਮਿਸਾਲ ਦੇਣਾ ਵਾਂ ਕਿ ਬਨੀ ਇਸਰਾਇਲ ਕੌਮ 40 ਸਾਲ ਤੱਕ ਬੀਜਾਬਾਨ ਦੇ ਵਿੱਚ ਚੱਲਦੇ ਰਹੇ, ਉੱਥੇ ਕਲਾਮ ਵਿੱਚ ਲਿਖਿਆ ਵੇ, ਇਸ ਤਸਨਾ ਦੀ ਕਿਤਾਬ ਉਹਦੇ 8ਵੇਂ ਬਾਬ ਦੇ ਵਿੱਚ ਲਿਖਿਆ ਵੇ ਕਿ ਉਹਨਾਂ 40 ਵਰ੍ਹਿਆਂ ਦੇ ਵਿੱਚ ਖੁਦਾ ਨੇ ਉਹਨਾਂ ਨੂੰ ਨਾ ਸਿਰਫ ਅਸਮਾਨੀ ਰੋਟੀ ਖਵਾਈ, ਬਲਕਿ ਨਾ ਉਹਨਾਂ ਦੇ ਕੱਪੜੇ ਪੁਰਾਣੇ ਹੋਏ ਅਤੇ ਨਾ ਉਹਨਾਂ ਦੇ ਪੈਰ ਸੁੱਜੇ, ਔਰ ਖੁਦਾ ਚਟਾਨਾਂ 'ਚੋਂ ਪਾਣੀ ਉਹਨਾਂ ਨੂੰ ਪਿਆਉਂਦਾ ਰਿਹਾ। ਸੋ ਖੁਦਾ ਜਿਹੜਾ ਸੀ ਉਹ ਉਸ ਬੀਜਾਬਾਨ ਦੇ ਵਿੱਚ ਜਿਹੜੇ ਕੁਆਰੰਟਾਈਨ ਹੋਏ ਸਨ, ਇੱਡੀ ਵੱਡੀ ਆਬਾਦੀ ਜਿਹੜੀ ਉਹਨਾਂ ਕੁਆਰੰਟਾਈਨ ਖੁਦਾ ਨੇ ਕਰ ਦਿੱਤੀ ਬੀਜਾਬਾਨ ਦੇ ਵਿੱਚ, ਉਹਨਾਂ ਨੂੰ ਖੁਦਾ ਪਾਲਦਾ ਅਤੇ ਪੋਸਦਾ ਰਿਹਾ। ਸੋ
ਖੁਦਾ ਦੀ ਪਰਵਰਤਕਾਰੀ ਸਾਡੇ ਨਾਲ ਹੈ ਸਾਨੂੰ ਬਾਕੀ ਗੈਰ ਕੌਮਾਂ ਨੂੰ ਜਿਹੜੀਆਂ ਯਤੀਮ ਕੌਮਾਂ ਨੇ ਮੰਨ ਕਵਾਂਗਾ ਉਹਨਾਂ ਦੇ ਕੋਲ ਬਾਪ ਦਾ ਕਨਸੈਪਟ ਨਹੀਂ ਹੈ ਅਸੀਂ ਸੀ ਲੋਕ ਦਿਨ ਦੇ ਪੂਰੇ ਵਿੱਚ ਕਿੰਨੇ ਵਾਰੀ ਪੂਰੀ ਦੁਨੀਆਂ ਦੇ ਵਿੱਚ ਇਹ ਹਮਾਰੇ ਬਾਪ ਜਿਹੜੀ ਹੈ ਉਹ ਦੁਆਵਾਂ ਅਸਮਾਨ ਤੇ ਜਾਂਦੀਆਂ ਨੇ ਸੋ ਮੈਂ ਤੁਹਾਨੂੰ ਤਸੱਲੀ ਇਤਮਾਨ ਦੇਣਾ ਚਾਹੁੰਦਾ ਹਾਂ ਇਹ ਕਰੋਨਾ ਵਾਇਰਸ ਬਹੁਤ ਜਲਦ ਖਤਮ ਹੋਣਾ ਰਹੇ ਖੁਦਾ ਤੁਹਾਨੂੰ ਪਹਿਲਾਂ ਵੀ ਸਾਂਭਿਆ ਰਹੇ ਖੁਦਾ ਤੁਹਾਨੂੰ ਹੁਣ ਵੀ ਸਾਂਭ ਰਿਹਾ ਰਹੇ ਔਰ ਖੁਦਾ ਤੁਹਾਨੂੰ ਅੱਗੇ ਵੀ ਸਾਂਭੇਗਾ ਸੋ ਕਿਸੇ ਤੌਰ ਦੀ ਪਰੇਸ਼ਾਨੀ ਨਹੀਂ ਕਰਨੀ ਆਪਣੇ ਆਪਣੇ ਘਰਾਂ ਦੇ ਵਿੱਚ ਦਵਾਈਆਂ ਮਜ਼ਬੇ ਖੜੇ ਕਰੋ ਆਪਣੇ ਆਪਣੇ ਘਰਾਂ ਦੇ ਵਿੱਚ ਖੁਦਾ ਦੀ ਪ੍ਰਸਤਸ਼ਾ ਦੀ ਇਬਾਦਤ ਕਰੋ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਜਿੰਨੇ ਚਿਰ ਤੱਕ ਵਬਾਹ ਜਿਹੜੀ ਇਹਨੂੰ ਖੁਦਾ ਖਤਮ ਨਹੀਂ ਕਰਦਾ ਖੁਦਾ ਹੁਣ ਤੁਹਾਡੇ ਅਤੇ ਤੁਹਾਡੇ ਖਾਨਦਾਨ ਦੇ ਨਾਲ ਹੋ